ਸਾਰੇ ਜਣਿਆਂ ਨੂੰ ਲਾਈਵ ਚੱਲ ਪਿਆ ਇੱਕ ਮਿੰਟ ਹਾਂਜੀ ਚੱਲ ਪਿਆ ਮੇਰੇ ਖਿਆਲ ਕਮੈਂਟ ਨਹੀਂ ਆ ਰਹੇ ਪਰ ਇੱਕ ਮਿੰਟ ਜੀ ਆ ਗਿਆ ਆ ਗਿਆ ਦੇਖੀਏ ਲਾਡੀ ਇੱਕ ਮਿੰਟ ਚੱਲ ਪਿਆ ਲਾਈਵ ਬਾਈ ਹਾਂਜੀ ਇੱਕ ਵਾਰੀ ਫਿਰ ਤੁਸੀਂ ਸਾਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਆ ਰਹੇ ਹਾਂ ਜੀ ਬਰਨਾਲੇ ਅਤੇ ਬਰਨਾਲੇ ਤੋਂ ਬਾਅਦ ਬਠਿੰਡੇ ਅਤੇ ਬਠਿੰਡੇ ਤੋਂ ਬਾਅਦ ਜੀ ਸਾਡਾ ਦਿੱਲੀ ਵੱਲ ਨੂੰ ਜਾਣਾ ਜੀ ਅਸੀਂ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਰੋਕੀ ਮੈਂਟਲ ਦਾ ਪ੍ਰਮੋਸ਼ਨ ਟੂਰ ਚੱਲ ਰਿਹਾ ਰੇਡੀਓ ਹਾਂਜੀ ਦਾ ਬਹੁਤ ਬਹੁਤ ਧੰਨਵਾਦ ਹੁਣੇ ਇੰਟਰਵਿਊ ਹੋ ਕੇ ਹਟੀ ਹੈ ਜੀ ਮੈਲਬਨ ਤੋਂ ਸੋ ਪੁਨੀਤ ਵੀਰੇ ਥੈਂਕ ਯੂ ਸੋ ਮੱਚ ਅਸੀਂ ਹੁਣੇ ਇੰਟਰਵਿਊ ਖਤਮ ਕਰਕੇ ਹਟੇ ਸੋ ਮੈਂ ਥੋੜ੍ਹਾ ਜਿਹਾ ਲਾਈਵ ਹੋਣ ਦਾ ਇੱਕਦਮ ਮਨ ਕਰਿਆ ਆਇਆ ਕਿ ਮੈਂ ਸੋਚਿਆ ਆਸਟ੍ਰੇਲੀਆ ਦੇ ਖਾਸ ਕਰਕੇ ਜਿੰਨੇ ਵੀ ਸੱਜਣ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਉਹਨਾਂ ਨੂੰ ਬਾਕੀ ਵੀ ਕਨੇਡਾ ਇੰਗਲੈਂਡ ਅਮਰੀਕਾ ਵਾਲੇ ਵੀ ਪਰ ਆਸਟ੍ਰੇਲੀਆ ਬੀਂਗ ਮਾਈ ਹੋਮ ਟਾਊਨ ਮੈਂ ਚਾਹੁੰਦਾ ਸੀ ਇੱਕ ਵਾਰੀ ਸਾਰਿਆਂ ਨੂੰ ਧੰਨਵਾਦ ਕਰਦਾ ਅਤੇ ਤੁਹਾਨੂੰ ਦੱਸਦਾ ਜੀ ਕਿ ਰੇਡੀਓ ਹਾਂਜੀ ਅਤੇ ਇੰਟਰਵਿਊ ਥੋੜ੍ਹੀ ਦੇਰ ਤੱਕ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਹਾਂ ਜੀ ਡੇਟਸ ਮੈਂ ਉਹਦੀ ਜੋ ਏਅਰ ਟਾਈਮ ਹੈ ਉਹ ਮੈਂ ਨੈਕਸਟ ਇੱਕ ਦੋ ਪੋਸਟ ਦੇ ਵਿੱਚ ਪਾ ਦੂੰਗਾ ਜੀ ਅਤੇ ਡਾਕੂਮੈਂਟ 18 ਨੂੰ ਆ ਰਹੀ ਹੈ ਜੀ ਦਿਲਪ੍ਰੀਤ ਢਿੱਲੋਂ ਵੀਰੇ ਵਾਲਾ ਗਾਣਾ ਯਾਰ ਖੜੇ ਨੇ 10 ਵਜੇ ਆਉਣਾ ਸੀ ਉਹ ਥੋੜ੍ਹੇ ਜਿਹੇ ਟੈਕਨੀਕਲ ਰੀਜ਼ਨਸ ਕਰਕੇ ਮੇਰੇ ਖਿਆਲ ਨਾਲ ਥੋੜ੍ਹਾ ਜਿਹਾ ਲੇਟ ਆ ਪਰ ਅਸੀਂ ਅਰਾਊਂਡ 12-1 ਵਜੇ ਦੇ ਨੇੜੇ ਤੇੜੇ ਉਹ ਗਾਣਾ ਰਿਲੀਜ਼ ਕਰ ਦਾਂਗੇ ਨਿੰਜੇ ਮੇਰੇ ਭਰਾ ਦਾ ਗਾਣਾ ਵੱਡੇ ਵੈਲੀ ਸਰਵੇ ਮਾਨ ਨੇ ਲਿਖਿਆ ਉਹਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਅਤੇ ਆਹ ਲੈ ਚੱਕ ਮੈਂ ਆਏ ਗਾ ਲਈ ਮੈਂ ਜਿੰਨਾ ਥੈਂਕ ਯੂ ਕਰ ਸਕਦਾ ਉਨਾ ਘੱਟ ਹੈ ਕਿਉਂਕਿ ਮੈਨੂੰ ਤਾਂ ਉਮੀਦ ਵੀ ਨਹੀਂ ਸੀਗੀ ਕਿ ਇੰਨਾ ਤੁਸੀਂ ਪਿਆਰ ਦਿਓਗੇ ਸੋ ਥੈਂਕ ਯੂ ਸੋ ਮੱਚ ਅਤੇ ਦੇਸੀ ਕਰੂ ਮੇਰੇ ਸੰਗ ਬਹੁਤ ਬਹੁਤ ਧੰਨਵਾਦ ਆਹ ਲੈ ਚੱਕ ਮੈਂ ਆ ਗਿਆ ਲਈ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਕਿਉਂਕਿ ਜੋ ਮੈਨੂੰ ਰਿਸਪੋਂਸ ਮਿਲਿਆ ਇਦੋਂ ਵੱਧ ਮੈਂ ਇਦੋਂ ਦਾ ਅੱਧਾ ਵੀ ਨਹੀਂ ਸੋਚਿਆ ਸੀਗਾ ਅਤੇ ਇੱਕ ਵਾਰੀ ਫਿਰ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਗਾਣਾ ਚੱਲਣਾ ਗਾਣਾ ਨਾ ਚੱਲਣਾ ਗਾਣੇ ਦਾ ਹਿੱਟ ਫਲੋਪ ਹੋਣਾ ਤੁਸੀਂ ਸਾਰੇ ਮਾਲਕ ਬੰਦੇ ਹੋ ਫੈਨਸ ਜੋ ਹੁੰਦੇ ਨੇ ਉਹ ਵੀ ਡਿਸੀਜਨ ਲੈਂਦੇ ਨੇ ਅਤੇ ਮੈਂ ਲਾਈਵ ਹਾਂ ਇੱਥੇ ਪ੍ਰੋਡਿਊਸਰ ਸਾਹਿਬ ਵੀ ਲਾਈਵ ਹੋ ਗਏ ਕਹਿ ਰਹੇ ਕਿੱਥੇ ਕੁ ਪਹੁੰਚ ਗਿਆ ਬੰਦਾ ਅਸੀਂ ਸਾਰੇ ਵੇਟ ਕਰ ਰਹੇ ਹਾਂ ਸੋ ਬਠਿੰਡੇ ਵਾਲਿਆਂ ਨੂੰ ਮਿਲਦੇ ਹਾਂ ਜੀ ਅੱਜ ਸ਼ਾਮ ਨੂੰ ਅਤੇ ਬਰਨਾਲੇ ਵਾਲਿਆਂ ਨੂੰ ਮਿਲਦੇ ਹਾਂ ਅਗਲੇ 1.5 ਘੰਟੇ ਤੱਕ ਅਤੇ ਉਸ ਤੋਂ ਬਾਅਦ ਸਾਰੇ ਜਣਿਆਂ ਨੂੰ ਮਿਲਦੇ ਹਾਂ ਦਿੱਲੀ ਦੇ ਵਿੱਚ ਦਿੱਲੀ ਦੇ ਜਿਹੜੇ ਕਾਲਜਸ ਦੀਆਂ ਲਿਸਟਿੰਗਸ ਨੇ ਉਹ ਮੈਂ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਵਾਲੀ ਪੋਸਟ ਦੇ ਵਿੱਚ ਪਾ ਦੂੰਗਾ ਦਿੱਲੀ ਦੇ ਵਿੱਚ 2-3 ਲਿਸਟ ਹੈਗੀਆਂ ਨੇ ਕਾਲਜਸ ਦੀਆਂ ਬੜੇ ਫੇਕ ਵੀ ਪੋਸਟਸ ਪਈਆਂ ਨੇ ਕਾਫੀ ਕਾਲਜਸ ਦੀਆਂ ਪਰ ਜੋ ਮੈਂ ਓਫਿਸ਼ਲੀ ਆਪਣੇ ਪੇਜ 'ਤੇ ਦੱਸੂੰਗਾ ਜੀ ਸਿਰਫ ਉਹੀ ਕਾਲਜਸ ਨੇ ਜਿੱਥੇ ਅਸੀਂ ਜਾਵਾਂਗੇ ਅਤੇ ਅੰਮ੍ਰਿਤ ਸਿੰਘ ਗਿੱਲ ਵੀਰਾ ਕਹਿੰਦਾ ਆਹ ਲੈ ਚੱਕ ਮੈਂ ਆ ਗਿਆ ਠੀਕ ਆ ਵੀਰਾ ਗਿੱਲ ਬਾਈ ਆ ਗਿਆ ਅਤੇ ਮੇਰੇ ਕੋਲ ਜ਼ਿਆਦਾਤਰ ਕਾਰਨ ਹੁੰਦੇ ਨੇ ਲਾਈਵ ਹੋਣ ਪਿੱਛੇ ਅੱਜ ਬਸ ਸਿਰਫ ਇੰਨਾ ਹੀ ਸੀਗਾ ਕਿ ਆਸਟ੍ਰੇਲੀਆ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਤੁਹਾਡਾ ਆਪਣਾ ਸਟੂਡੈਂਟ ਬੰਦਾ ਹੁਣੇ ਇੰਟਰਵਿਊ 'ਚ ਇਹੀ ਗੱਲ ਹੋ ਗਈ ਅੱਜ ਮੈਨੂੰ ਮੈਸੇਜ ਆ ਰਹੇ ਸੀਗੇ ਬਲੈਕ ਟਾਊਨ ਤੋਂ ਇੱਕ ਬਾਈ ਦੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਛੋਟੇ ਭਰਾ ਨੇ ਛੋਟਾ ਭਰਾ ਮੈਂ ਤਾਂ ਕਹਿੰਦਾ ਕਿਉਂਕਿ ਨਵਾਂ ਨਵਾਂ ਸਟੂਡੈਂਟ ਗਿਆ ਅਤੇ ਮੇਰੇ ਤੋਂ ਤਾਂ ਛੋਟਾ ਹੀ ਹੋਊਗਾ ਮੇਰਾ ਭਰਾ ਉਹ ਕਹਿੰਦਾ ਬਾਈ ਮੈਂ ਡਿਲੀਵਰੀ ਕਰਦਾ ਕਹਿੰਦਾ ਹਾਲੇ ਚੱਕ ਮੈਂ ਆ ਗਿਆ ਲਾ ਕੇ ਮੈਂ ਜਮਾ ਸਹੀ ਮੇਰੇ ਖਿਆਲ ਨਾਲ ਉਹ ਬਿਲਕੁਲ ਸਹੀ ਫੀਲਿੰਗ ਕੀ ਕਹਿੰਦੇ ਨੇ ਉਹੀ ਫੀਲਿੰਗ ਮੇਰੀ ਸੀ ਜਦੋਂ ਮੈਂ ਆਪਣਾ ਕੀ ਕਹਿੰਦੇ ਨੇ ਗਾਣਾ ਕੀਤਾ ਸੀ ਜੀਵਨ ਮਾਂਗਟ ਵੀਰਾ ਕਹਿੰਦਾ ਕੀਤੀ ਮਿਹਨਤ ਦਾ ਮੁੱਲ ਪੈ ਹੀ ਜਾਂਦਾ ਬੰਦਾ ਸਿੱਧਾ ਰਹੇ ਗੁੱਡ ਲੱਕ ਫੋਰ ਯੂਰ ਫਿਊਚਰ ਥੈਂਕ ਯੂ ਵੀਰੇ ਥੈਂਕ ਯੂ ਬਾਈ ਜੀ ਅਤੇ ਮੂਵੀ ਦੀਆਂ ਕੀ ਕਹਿੰਦੇ ਨੇ ਪ੍ਰਮੋਸ਼ਨਲ ਟੂਰ ਤੋਂ ਬਿਨਾਂ ਵੀ ਮੈਨੂੰ ਜ਼ਿਆਦਾਤਰ ਜਦੋਂ ਆਪਾਂ ਦੇਖਦੇ ਹੁੰਦੇ ਸੀ ਨਾ ਪ੍ਰਮੋਸ਼ਨਲ ਟੂਰ ਦੀਆਂ ਮੈਂ ਨਿਊਜ਼ ਜਾਂ ਆਪਾਂ ਦੇਖਦੇ ਸੀਗੇ ਬੋਲੀਵੁੱਡ ਵਾਲੇ ਜਾਂ ਬਾਕੀ ਜਾਣੇ ਜਦੋਂ ਕੀ ਕਹਿੰਦੇ ਨੇ ਅੱਗੇ ਟ੍ਰੈਫਿਕ ਜਾਮ ਹੈ ਜੀ ਸਾਰੇ ਪ੍ਰਮੋਸ਼ਨ ਕਰ ਰਹੇ ਹੁੰਦੇ ਸੀ ਅਤੇ ਸਾਰੇ ਜਣੇ ਕਹਿੰਦੇ ਨੇ ਕਿ ਯਾਰ ਔਖਾ ਪ੍ਰਮੋਸ਼ਨ ਕਰਨੀ ਫਿਲਮ ਦੀ ਮੈਨੂੰ ਬਹੁਤ ਚੰਗੀ ਲੱਗਦੀ ਫਿਲਮ ਦੀ ਪ੍ਰਮੋਸ਼ਨ ਕਰਨੀ ਕਿਉਂਕਿ ਮੈਂ ਕਦੇ ਮਿਲਿਆ ਨਹੀਂ ਹੈਗਾ ਕਿਸੇ ਫੈਨਸ ਨੂੰ ਆਏ ਪਬਲਿਕਲੀ ਕਿਸੇ ਸ਼ੋਅ ਦਿੱਤਾ ਕਦੇ ਮੇਰਾ ਨਾ ਕਦੇ ਸ਼ੋਅ ਲੱਗਿਆ ਨਾ ਕਿਵੇਂ ਮੈਂ ਕਹਿੰਦਾ ਮੋੜ ਲਓ ਵੀਰੇ ਯੂ ਲੈ ਲਓ ਅਤੇ ਪਰ ਮੈਨੂੰ ਬੜਾ ਚੰਗਾ ਲੱਗਦਾ ਖਾਸ ਕਰਕੇ ਹਰਿਆਣੇ ਮੈਂ ਗਿਆ ਸੀਗਾ ਰੀਸੈਂਟਲੀ ਅਤੇ ਰੀਸੈਂਟਲੀ ਜਦੋਂ ਮੈਂ ਹਰਿਆਣੇ ਗਿਆ ਸੀਗਾ ਹਰਿਆਣੇ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਮੇਰੇ ਲਈ ਤਾਂ ਬੜਾ ਅਨਐਕਸਪੈਕਟਡ ਸੀਗਾ ਕਿਉਂਕਿ ਨਾ ਮੈਂ ਹਰਿਆਣੇ ਕੰਮ ਕੀਤਾ ਨਾ ਹਰਿਆਣੇ ਦੀ ਮੇਰੀ ਬੈਕਗ੍ਰਾਊਂਡ ਹੈ ਪਰ ਇੰਨਾ ਪਿਆਰ ਹਰਿਆਣੇ 'ਚੋਂ ਵੀ ਮਿਲਿਆ ਸੋ ਹਰਿਆਣੇ ਵਾਲੇ ਫੈਨਸ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਇੱਕ ਮਿੰਟ ਜੀ ਸਾਨੂੰ ਲੱਗਦਾ ਲਾਈਵ ਬੰਦ ਕਰਨਾ ਪੈਣਾ ਅੱਗੇ ਟ੍ਰੈਫਿਕ ਜਾਮ ਹੈ ਜੀ ਅਤੇ ਪਰ ਥੈਂਕ ਯੂ ਸੋ ਮੱਚ ਸਾਰੇ ਜਾਣਿਆਂ ਦਾ ਜਿੰਨਾ ਤੁਸੀਂ ਪਿਆਰ ਦਿੱਤਾ ਜੀ 18 ਅਗਸਤ ਲੌਕ ਰੱਖਿਓ ਜੀ ਰੋਕੀ ਮੈਂਟਲ ਥੈਂਕ ਯੂ